ਟੋਟਲ ਮੈਂ ਪੇਮੈਂਟਾਂ ਕੀਤੀਆਂ ਜੀ 9, ਜਿਨ੍ਹਾਂ ਵਿੱਚੋਂ 2 ਜਿਹੜੀਆਂ ਨੇ ਉਹ ਡਰਾਈ ਹੋ ਗਈਆਂ ਨੇ ਔਰ ਮਾਸ਼ਾ ਅੱਲਾ 7 ਜਿਹੜੀਆਂ ਨੇ ਉਹ ਸਕਸੈਸਫੁਲ ਨੇ। ਬਿਸਮਿਲ੍ਲਾ ਰਹਿਮਾਨ ਰਹੀਮ। ਪਹਿਲੇ ਪਾਸੋਂ ਰੋਹ ਆ ਰਹੀ ਹੈ ਜੀ ਉਹ ਸਾਹਮਣੇ ਵਾਲੇ ਏਰੀਆ ਵਿੱਚ ਖਾਨਪੁਰ ਡੈਮ ਹੈ। ਅਸਲਾਮ ਅਲੈਕਮ ਦੋਸਤੋ, ਮੈਂ ਮੁਹੰਮਦ ਸ਼ੇਬ ਗੁਜਰ ਦਵਾਲੀਆਂ ਵਾਲਾ ਵੈਲਕਮ ਕਰਸਾਂ ਜੀ ਤੁਸਾਂ ਇੱਕ ਨਵੀਂ ਵੀਡੀਓ ਦੇ ਅੰਦਰ। 4:15 ਹੋ ਗਏ ਨੇ ਜੀ, ਮੈਂ ਸੋਚਿਆ ਚਲੋ ਮੌਸਮ ਬੜਾ ਸੋਹਣਾ ਇਸ ਨਾਲ ਫਾਇਦਾ ਚਾਹਵਾਂ ਜੀ, ਔਰ ਇਹ ਵਿਲਾਗ ਜਿਹੜਾ ਜੀ ਸ਼ੁਰੂ ਕੀਤਾ ਜੁਲੇ, ਔਰ ਇਸ ਵਿਲਾਗ ਨੇ ਹਵਾਲੇ ਨਾਲ ਮਜ਼ੀਦ ਤੁਸਾਂ ਦੱਸਾਂ ਜੀ ਚਾਂਸਿਸ ਨੇ ਕਿ ਇਹ ਕੱਲ੍ਹ ਜੁਲ ਕੇ ਕਿਸੇ ਟਾਈਮ ਖਤਮ ਹੋ ਸੀ। ਬਹਰਹਾਲ ਜਲਦੀ ਨਾਲ ਅੱਜ ਨੀ ਵੀਡੀਓਆਂ ਵਿਲਾਗਾਂ ਕਰਨੀਆਂ ਜੀ ਸ਼ੁਰੂ। ਸਭ ਤੋਂ ਪਹਿਲੇ ਤੁਸਾਂ ਮੈਂ ਅਪਡੇਟ ਕਰਨੇ ਜੁਲਾਂ ਕਿ ਇਹ ਚੈੱਕ ਕਰੋ, ਰਾਤੀ ਮੈਂ ਇਸਨੀ ਪ੍ਰੂਨਿੰਗ ਕਰ ਸਟੀਏ, ਇਹ ਮਿਸਾਲ ਨੇ ਤੌਰ ਤੇ ਬ੍ਰਾਂਚ ਏ, ਇਹਨਾਂ ਉੱਤੇ ਫਲਾਵਰਿੰਗ ਆਉਣੀ ਹੈ ਇਸ ਤਰ੍ਹਾਂ। ਬਹਰਹਾਲ ਉਹ ਕੁਝ ਜ਼ਿਆਦਾ ਓਵਰ ਹੋਣੀਆਂ ਪਈਆਂ ਜੀ, ਅਤੇ ਮੈਂ ਸੋਚਿਆ ਚਲੋ ਇਸਨੀ ਸ਼ੇਪ ਖਰਾਬ ਨਾ ਹੋਵੇ, ਕਿਉਂਕਿ ਇਹ ਪਲਾਂਟ ਜਿਹੜਾ ਜੀ ਮੇਰਾ ਬੜਾ ਹੀ ਸਪੈਸ਼ਲ ਹੈ, ਇਸ ਵਾਸਤੇ ਮੈਂ ਇਸ ਨਾਲ ਬਹੁਤ ਜ਼ਿਆਦਾ ਖਿਆਲ ਹੈ ਜੀ। ਇਸ ਤੋਂ ਇਲਾਵਾ ਜੀ ਇੱਕ ਹੋਰ ਬੈਡ ਨਿਊਜ਼ ਹੈ ਜੀ, ਇਹ ਮੈਂ ਬੂਟਾ ਇਸ ਦਫ਼ਾ ਪੇਬੰਦ ਕੀਤਾ ਜੀ, ਇਸ ਉੱਤੇ ਸਾਰੇ ਨਾਲ ਸਾਰਾ ਝਾੜੀ ਦਾ ਗੁਲਾਬ ਲੱਗੇ ਹੈ। ਇਸ ਨੀ ਇਹ ਬ੍ਰਾਂਚ ਕਿਸੇ ਬੱਚੇ ਇੱਥੋਂ ਤਰੋੜੀ ਹੈ ਜੀ, ਇਸ ਤੋਂ ਇਲਾਵਾ ਇਹ ਤਰੋੜੀ ਹੈ, ਚੈੱਕ ਕਰੋ ਮੁੰਡ ਅਲਨੀ, ਇਹ ਵੀ ਅਲਨੀ, ਠੀਕ ਹੈ। ਔਰ ਇਹਨਾਂ ਉੱਤੇ ਸਾਈਡ 'ਤੇ ਮਜ਼ੀਦ ਬਰਡਸ ਵੀ ਇੱਥੋਂ ਓਪਨ ਹੋ ਸੋਹਣੇ ਇਨਸ਼ਾਲਾ, ਲੇਕਿਨ ਇਸ ਚੀਜ਼ ਤੋਂ ਮਤਲਬ ਮਜ਼ੀਦ ਬਚਣੇ ਵਾਸਤੇ ਮੈਂ ਸਾਰਿਆਂ ਉੱਥੋਂ ਪ੍ਰੂਨ ਕਰ ਸਕਿਆ। ਸਾਈਡ ਇਫੈਕਟ ਇਹ ਸੀ ਕਿ ਇਸ ਦਫ਼ਾ ਮਤਲਬ ਜਲਦ ਅਜ ਜਲਦ ਜਿਹੜੀ ਆਸਾਨੀ ਇੱਥੇ ਫਲਾਵਰਿੰਗ ਸਟਾਰਟ ਹੋਣੇ ਲਈ ਉਹ ਨਾ ਹੋ ਸੀ। ਜੈਸਾ ਕਿ ਆਖਰੀ ਵੀਡੀਓ 'ਚ ਮੈਂ ਤੁਹਾਨੂੰ ਨਾਲ ਸ਼ੇਅਰ ਕੀਤੇ ਆ ਕਿ ਨੈਕਸਟ ਵੀਡੀਓ ਵਿੱਚ ਇਹ ਜਿਹੜੀ ਖੱਟੀ 'ਤੇ ਪੇਬੰਦ ਕੀਤੀ ਮਾਲਟੇ ਨਹੀਂ, ਉਸ ਹਵਾਲੇ ਨਾਲ ਮੈਂ ਤੁਹਾਨੂੰ ਸਾਵਾਂ ਦੱਸੇ ਆ ਜੀ ਇਹਨਾਂ ਵਾਂ ਓਪਨ ਕਰ ਸਾਂ। 21 ਫਰਵਰੀਆਂ ਮੈਂ ਕੀਤੀ ਹੈ ਜੀ, ਅੱਜ ਹੋ ਗਈ ਹੈ 30 ਮਾਰਚ, ਅਰਾਊਂਡ ਅਬਾਊਟ 40 ਦਿਹਾੜਾ ਜਿਹੜਾ ਜੀ, 39-40 ਦਿਹਾੜਾ ਜਾਂ 38 ਆਖ ਸਕਦੇ ਹੋ, ਇਸ ਹੋ ਗਏ ਨੇ। ਔਰ ਅੱਜ ਜਿਹੜਾ ਜੀ ਇਹ ਮੈਂ ਉੱਥੋਂ ਓਪਨ ਕਰੋ ਲੱਗਾ, ਔਰ ਤੁਸਾਂ ਨਾਲ ਫਿਰ ਸ਼ੇਅਰ ਕਰਨੇ ਆ ਕਿ ਇਹ ਕਿਸ ਹੱਦ ਤੱਕ ਮੈਂ ਇਸ ਵਿੱਚ ਕਾਮਯਾਬੀ ਮਿਲੀ ਹੈ। ਟੋਟਲ ਮੈਂ ਪੇਮੈਂਟਾਂ ਕੀਤੀਆਂ ਜੀ 9, ਜਿਨ੍ਹਾਂ ਵਿੱਚੋਂ 2 ਜਿਹੜੀਆਂ ਨੇ ਉਹ ਡਰਾਈ ਹੋ ਗਈਆਂ ਨੇ, ਔਰ ਮਾਸ਼ਾ ਅੱਲਾ 7 ਜਿਹੜੀਆਂ ਨੇ ਉਹ ਸਕਸੈਸਫੁਲ ਨੇ, ਇਹ ਕਾਮਯਾਬ ਨੇ ਜੀ। ਹੁਣ ਜਿਉਂ ਹੀ ਅਸਾਂ ਉੱਥੋਂ ਓਪਨ ਕੀਤਾ, ਅਸਾਂ ਥੋੜ੍ਹੀਆਂ ਧੁੱਪਾਂ ਵਗੈਰਾ ਲੱਗ ਸੋਣ ਜੀ, ਇੱਥੋਂ ਇਸਦੀ ਨਵੀਂ ਗਰੋਥ ਜਿਹੜੀ ਸਟਾਰਟ ਹੋ ਵਸੀ। ਇਸ ਤੋਂ ਅੱਗੇ ਚੱਲ ਕੇ ਇਹ ਜਿਹੜੀ ਹੈ ਜੀ ਇਹ ਫੇਲ ਹੋ ਗਈ ਨੇ, ਇਹ ਚੈੱਕ ਕਰੋ ਜੀ, ਇਹ ਸਕਸੈਸਫੁਲ ਨੇ, ਇਹ ਸਕਸੈਸਫੁਲ ਨੇ, ਇਸ ਤੋਂ ਇਲਾਵਾ ਇਹ ਸਕਸੈਸਫੁਲ ਹੈ ਜੀ, ਇਹ ਸਕਸੈਸਫੁਲ ਹੈ, ਇਹ ਚੱਲ ਗਈ ਨੇ, ਦੇਖੋ ਇਹ ਚੱਲ ਗਈ ਹੈ ਇਹ ਉਰਲੇ ਪਾਸੇ, ਅਤੇ ਦੂਸਰੇ ਨੰਬਰ 'ਤੇ ਇਹ ਫੇਲ ਹੋ ਗਈ ਹੈ ਜੀ। ਹੁਣ ਇਸ ਤਰ੍ਹਾਂ ਕਰਨਾ ਕਿ ਇਹ ਜਿਹੜੀ ਫੇਲ ਹੋ ਗਈਆਂ ਨੇ ਇਹਨਾਂ ਮੈਂ ਇੱਥੋਂ ਘੱਟ ਸਾਂ ਜੀ, ਤਾਂ ਕਿ ਫਿਊਚਰ ਵਿੱਚ ਇਹਨਾਂ ਨੇ ਇੱਥੋਂ ਤਲੋਂ ਫਰੈਸ਼ ਬ੍ਰਾਂਚਾਂ ਨਿਕਲਣ, ਔਰ ਉਹਨਾਂ ਉੱਤੇ ਮੈਂ ਮਾਲਟਾ ਪੇਬੰਦ ਕਰ ਸਕਾਂ। ਇਸ ਉਤਲੇ ਏਰੀਏ 'ਚੋਂ ਵੀ ਬ੍ਰਾਂਚਾਂ ਨਿਕਲੀਆਂ ਨੇ ਔਰ ਉੱਤੇ ਆਲਰੇਡੀ ਆਏ ਨੇ, ਲੇਕਿਨ ਇਸ ਨਾਲ ਇਹ ਏਰੀਆ ਜਿਹੜਾ ਜੀ ਮੁਤਾਸਰ ਹੋ ਗਿਆ ਜਿੱਥੇ ਮੈਂ ਪੇਬੰਦ ਕੀਤੀ। ਇਸ ਵਾਸਤੇ ਮੈਂ ਚਾਹੁੰਦਾ ਜੀ ਇਸ ਇੱਥੋਂ ਤਾਂ ਖਤਮ ਹੀ ਕਰ ਸਕਾਂ, ਔਰ ਇਹ ਜਿਹੜੀਆਂ ਸਕਸੈਸਫੁਲ ਹੋ ਗਈਆਂ ਨੇ ਜੀ ਇਹਨਾਂ ਨੇ ਹਵਾਲੇ ਨਾਲ ਮੈਂ ਹੁਣ ਇੰਝ ਕਰ ਸਾਂ, ਤਕਰੀਬਨ ਇਸ ਏਰੀਏ 'ਚੋਂ ਜਿੱਥੋਂ ਆ ਕੇ ਬ੍ਰਾਂਚ ਖਤਮ ਵੀ ਹੋਣੀ ਹੈ ਜੀ, ਜਿੱਥੋਂ ਵੀ ਮੈਂ ਮੁਨਾਸਿਬ ਲੱਗਿਆ, ਇਹਨਾਂ ਸਾਰੀਆਂ ਦੀਆਂ ਜਿਹੜੀਆਂ ਇਹ ਖੱਟੀ ਦੀਆਂ ਉੱਤੇ ਬ੍ਰਾਂਚਾਂ ਨੇ ਜੀ, ਫਰਦਰ ਇਹਨਾਂ ਮੈਂ ਕੱਟ ਕਰੋ ਲੱਗਾ, ਕਿਉਂਕਿ ਇਹ ਆਲਰੇਡੀ ਇੱਥੋਂ ਫੀਡ ਜਿਹੜੀਆਂ ਨੇ ਲੈ ਰਹੀਆਂ ਨੇ। ਜਿਉਂ ਹੀ ਇਹ ਕੱਟ ਕਰ ਸਾਂ ਜੀ ਇਹ ਜਿਤਨੀ ਫੀਡ ਹੈ ਇਹ ਹਲੇ ਪਾਸੇ ਟ੍ਰਾਂਸਫਰ ਹੋ ਸੀ, ਔਰ ਨਾਲ ਹੀ ਇਸਨੀ ਜਿਹੜੀ ਗਰੋਥ ਹੈ ਉਸਨੀ ਸਪੀਡ ਜਿਹੜੀ ਉਹ ਪਹਿਲੇ ਤੋਂ ਵੀ ਤੇਜ਼ ਹੋ ਸੀ। ਬਿਸਮਿਲ੍ਲਾ ਰਹਿਮਾਨ ਰਹੀਮ। ਕੁਝ ਇਸ ਤਰੀਕੇ ਨਾਲ ਇਹਨਾਂ ਮੈਂ ਕੱਟ ਸਾਂ ਜੀ, ਇਸਾਂ ਵੀ ਬਲਕਿ ਥੋੜ੍ਹੇ ਦਿਨ ਅਬਜ਼ਰਵ ਕਰ ਕਿੰਨੇ ਆ, ਸ਼ਾਇਦ ਇਹ ਚੱਲ ਜਲੇ। ਇਸ ਤੋਂ ਇਲਾਵਾ ਜੀ ਅੱਗੇ ਚੱਲ ਕੇ ਇਹ ਚੈੱਕ ਕਰੋ ਜੀ, ਇਸੇ ਤਰੀਕੇ ਨਾਲ ਇੱਥੋਂ ਕੱਟੀ ਗਈ, ਅਸਾਂ ਵੀ ਇੱਥੋਂ ਕੱਟ ਦਿੰਦੇ ਹਾਂ ਜੀ। ਦੋਸਤੋ ਜਿਤਨਾ ਵੀ ਤੁਸਾਂ ਵਾ ਨਰਸਰੀ ਤੋਂ ਮਾਲਟਾ ਮਿਲਣਾ ਜੀ ਤਿਆਰ ਪੌਦਾ, ਸੇਮ ਟੂ ਸੇਮ ਇਹੀ ਮੈਥਡ ਹੋਣਾ ਜੀ ਉਸ ਨਾਲ। ਕਦੇ ਤੁਸਾਂ ਗੌਰ ਕਰ ਸੋ ਇਸੀ ਤਰੀਕੇ ਨਾਲ ਖੱਟੀ ਨਹੀਂ ਇੱਕ ਬ੍ਰਾਂਚ ਕੱਟੀ ਹੋ ਸੀ, ਔਰ ਨਾਲ ਤੋਂ ਅੱਗੇ ਮਾਲਟਾ ਜਿਹੜਾ ਜੀ ਉਹ ਸਟਾਰਟ ਹੋਇਆ ਸੀ, ਉਸਨੀ ਗਰੋਥ ਜਿਹੜੀ ਹੈ ਤੁਸਾਂ ਨਜ਼ਰ ਆ ਰਹੀ ਸੀ। ਅੱਛਾ ਜੀ ਇਹ ਖਰਾਬ ਹੋ ਗਿਆ, ਅਤੇ ਸਾਨੂੰ ਮੈਂ ਇੱਥੋਂ ਕੱਟੋ ਲੱਗਾ ਨੇ। ਨਮਾਜ਼ ਦਾ ਟਾਈਮ ਹੋ ਗਿਆ ਜੀ, ਇਸ ਵਾਸਤੇ ਮਸਜਿਦ ਆਇਆ, ਅਤੇ ਇਸ ਤੋਂ ਪਹਿਲੇ ਜਿਤਨੇ ਵੀ ਤੁਸਾਂ ਕਲਿੱਪ ਦੇਖੇ ਨੇ
मैं बड़े ही स्पेशल किस्म ने तुसा वास्ते रिकॉर्ड किए ने कि मौसम जड़ा है जी ए वैदर तुसा में दसना बहुत जरूरी है और ज्यादा खूबसूरती इस लैन एरिए चेक करो जी माशाल्लाह। इस तरह लगना है कि बस होनी है कि मिनटे ने अंदर अंदर बारिश आसी और सैलाब काट सक सी। क्या हो चेक करो जी असान एरिया ना माहौल मौसम यकदम खराब हो गया जी बिल्कुल स्याह काली रात पै गई चेक करो ते इस वास्ते मैं खुद उतो सारा सैटअप चा के वक्ती तौर पर इतने रख दिता जी बाकी बारिश जी है जी जस्ट स्टार्ट हो गई है जी चेक करो क्या बात है जी और टाइम ही देख के नो जी चार पांच बज के हो गए ने 9 मिनट माशाल्लाह बहुत सुहाना मौसम है जी टाइम लैप्स लाओ लगा जी चेक करो वेलकम बैक दोस्तों। अल्हम्दुलिल्लाह 20वें रोजे नी सहरी कर के दिए हुण चलिया जी मस्जिद वापस आके आख कौड़ी करसा ते जाके 8 बजे अगे पिछे करे इंशाल्लाह तुसां नाल मुलाकात हो सी। वेलकम बैक दोस्तों, क्या हाल चाल है जी? ठीक हो जी? वालो हाल चाल है। इस वास्ते पुछना जी के हुण दिहाड़ हो गई जी, 12:30 हो गए ने ते इत्थे तरनावे आए हां नाल रणवाला रमजान भाजी ते हुण वापसी होई है जी ते ये आखने रोई है जुलसा। इस वास्ते मैं सोचा चलो नाल तुसां वी ये नज़ारा चेक करा देने आ। एले पासों रोह आ रही है जी, उस सामने वाले एरिया विच खानपुर डैम है ते ये रमजान भाजी इत्थे इंजॉय कर रहे जी। इस तो अलावा चेक करो ये तला इस समय तो जाता बन रहे जी, ये रोज आ के उतों अगे अतार रोड क्रॉस करनी ए जे कोई तुसा बिच ये नवा सीमेंट नज़र आ रहा लगे आ इस पुल सपोर्ट देने वास्ते ये तले पायलां ने जी दो हले पसे दो हले पसे और ये बड़ा जबरदस्त इन्हें ऐसा सपोर्ट दी है जी। इसी तरीके नाल सामने में ते ओ सामने भी ओवरऑल अगर देखा जल्द पुल काफ़ी पुराना हो चुका है और खस्ता हाल भी है। इस वास्ते ये बड़ा बेहतरीन काम किया जिस भी किया चाहे आई है कोई नहीं है हूँ जिला घर हैं रोजा कितना है रोजा कितना है सतवा आज इसने सतवा रोजा है जी। कुछ दिन पहले फेसबुक से मैं लाइव चलाई आखने मन हस्ता में सुबह बंदे की है आखने मेरा 37वां रोजा है वो तक वो जो नाव लगे गर्मिया ना आगाज हो चुका है ए तक नासे हो सामने नहाने है यानी नाने जबार चो के खास गल ए ही पानी बहना है ना उथे भी हूं वैसा ना वो उथो उ चढ़सा तो इस पुले उते है वैसा ओ उस पुले उते तेगा वो उथो का चले बस। इस वक्त छछ ग्राएं अंदर मौजूद है जी दो सीन्स बल्कि त्रै सीन्स इतो दसा जी उम्मीद है जी तुसा का पसंद आ सुन। सब तो पहले चेक करो जी दवालिया सूरज गली क्या बात है। उस तो अगे चल के ए देसी माहौल चेक करो जी परिंदे आवाज़ा। इस तो अलावा ए सामने खानपुरी स्पेशल रेड ब्लड माल्टे और सामने देखो बूटियां भी फोट के दिए जी माशाल्लाह। तीसरे नंबर ते कठियां दो चीज़ा दसा जी एक ते थोड़ी देर ने अंदर सामने सनसैट हो सी और दूसरे नंबर ते मैं थोड़ा हाईलाइट करना जी ए खजूर चेक करो ये दो चीज़ा कट्ठिया ने जी देख के ना फिर नज़ारा। इस तो अलावा अगर तुसा गौर करो तो राती बड़ी शदीद आंधी आई है जी ए देखो कणक भी टठी है देख के ना जी फिर नज़ारा
वीडियो ने बिल्कुल आखिर गल कर जी कि जिस वक्त मैं पेवंद कारी की सब तो पहले मैं सूतर लपेटा जी, उस तो उत्ते मैं लाइए जी कवर की ग्राफ्टिंग टेप, तो बिल्कुल आखिर छापर की मदद नाल मैं उतो कर दिता जी कवर, जो कि दोबारा तो मैं रिमूव कर सटा जी। इस वक्त दो चीज़ा मौजूद ने, उत्ते ग्राफ्टिंग टेप और तले जनाब लिए सूतर। इन्हों में हूँ अदों तक नहीं लाना जी जदों तक इतों ब्रांचा निकलनिया स्टार्ट नहीं हो जलनिया। जो ही ब्रांचा निकलनिया स्टार्ट हो सौ ग्राफ्टिंग टेप जी है जी असं उतो रिमूव कर दिता वैसी, और मजीद ब्रांचा की जी कंडीशन है जी जहाँ तक इस हिसाब नाल नहीं होनी, इतनी ग्रोथ इन्हों पेवंदा उत्ते नहीं हो जलनी जी, जो सूतर है उस उतो रिमूव नहीं करना। ये पूरा मैथड है जी जो कि मैं तुसा नाल शेयर किया कि किस तरीके नाल तुसी खट्टी उत्ते माल्टे या पेवंद कर सकने, और आखिर में जाके जो ही तुसानी ये जी ग्राफ्टिंग है जी सक्सैसफुल होसी उत्थे जाके तुसा के प्रोसैस करना है। इनशाला ये जी ग्राफ्टिंग टेप और सूतर वगैरह इन्होंने उतो रिमूवल ना तरीका है जी, वह भी वीडियो ने सूरत तुसा नाल शेयर किया वसी। बाकी ये जी कि यह जी जिस उत्ते मैं डाउट आ ये दोबारा तो उसने चलने ने चांसिज है ने ग्राफ्टिंग, इस जो ही थोड़ा जा हाई टेंपरेचर मिले जी ये टोटली उतों ड्राई हो गई है, तो अज इस मैं इतों कट देना जी। इस तो अगे चल के ये जी ग्राफ्टिंग है जी इस भी मैं थोड़ा बहुत शक पै लगना है यार ये ड्राई हो बसी, लेकिन जद तक ये 100% ड्राई नहीं होनी जी इस इतों उतों मतलब कट नहीं करना। बाकी यह देख सकने हो जी फिलहाल तक ये ग्रीन ने, इट्स मीन कि ना तो ग्रोथ जी है जी स्टार्ट हो सी। और ये जनाब अली जो दो तुसावा पौधे नज़र आ रहे हैं ये लगभग 2 साल पहले सेम मैथड इस्तेमाल करने आया मैं इतने पेवंद की जी, चेक करो सामने जॉइंट लगे आने थोड़ा जहा फोकस ना इशू है। बहरहाल सेम मैथड नाल ये पौधे भी मैं जनाब अली इतने पेवंद किए ने, ते अगर तुसावा इस वीडियो ने कोई चीज़ सीखने वास्ते मिली हो या कोई वैसे भी तुसें इस वीडियो देख के इंजॉय किया हो लाइक कमेंट शेयर सब्सक्राइब फॉलो जो कुछ हो सकने कर दियो जी। बाकी ये वे आज जा रहा है जी एक बार रोज़ा टाइम तकरीबन दिहाड़ी ने हो गए ने 3, ते इसने नाल ही मोहम्मद शेब गुजर दुआलियां लै दो जी इजाजत अल्लाह हाफिज़।